ਨਾਨਕ ਸਿੰਘ ਦਾ ਨਾਵਲ ਵਰਨਿੰਗ ਸਰਾਪ ਦਾ ਸਤਾਰਵਾਂ ਅੰਗ ਗੁੱਡੀ ਆਈ ਗੁੱਡੋ ਰਾਣੀ ਸਭਨਾ ਦੀ ਉਮੀਦ ਢੋਲਟ ਘਰ ਦੇ ਕੀ ਤੇ ਅੰਢੀ ਗੁੰਢੀ ਕੀ ਸਭੇ ਉਹ ਅੱਖ ਤੇ ਸੁਣਾਈ ਦਿੰਦੇ ਚੇਨ ਚੱਕਰ ਤੱਕਾ ਕੇ ਵਾਲੇ ਸਨ ਖਰੇ ਵੀ ਦਾਤਾ ਤੁਸੀਂ ਭੁੱਲ ਹੋ ਗਈ ਕਿੱਡੀ ਰੌਣਕ ਸੀ ਜੱੱਚਾ ਦੇ ਚਿਹਰੇ ਤੇ ਕਿਹੜਾ ਸਰੀਰ ਨਖਰ ਆਇਆ ਸੀ ਚੰਨਣ ਦੀ ਗੇਲੀ ਵਰਗਾ ਸੁਭਾਅ ਵੀ ਤਾਂ ਹੱਦਾਂ ਦਾ ਚੁਲਬੁਲਾ ਹੋ ਗਿਆ ਸੀ ਫੇਰ ਵੀ ਕੁੜੀ ਰੱਬ ਦੇ ਰੰਗ ਜੱਜਾ ਲਈ ਹਰ ਤਰ੍ਹਾਂ ਦਾ ਵਧੀਆ ਪ੍ਰਬੰਧ ਸੀ ਦੇਸੀ ਦਾਈ ਦੀ ਥਾਂ ਨਰਸ ਕਿਉ ਦੁੱਧ ਦੀ ਥਾਂ ਤਾਕਤ ਦੇ ਟੀਕੇ ਟਾਨਕ ਤੇ ਹੋਰ ਵੀ ਸਭ ਕੁਝ ਵਡਿਆਂ ਘਰਾਂ ਵਰਗਾ ਪਰਿਵਾਰ ਨੇ ਮੁੰਢਲੇ ਦੋਕ ਦਿਨ ਜ਼ਰਾ ਨਿਮੋਚੁਣਤਾ ਚ ਗੁਜ਼ਾਰੇ ਉਸ ਤੋਂ ਬਾਅਦ ਅੱਜ ਹੋਰ ਭਲਕੇ ਹੋਰ ਜਿਉਂ-ਜਿਉਂ ਦਿਨ ਬੀਤਦੇ ਗਏ ਨਿਮੋਚੁਣਤਾ ਸੰਤੁਸ਼ਟਤਾ ਚ ਬਦਲਦੀ ਗਈ ਗੋਰੀ ਨਿਛੋ ਮੱਖਣ ਦੇ ਪੀੜੇ ਾਰਗੀ ਗੋਪਲੀ ਜੀ ਬੱਚੀ ਦਾ ਸੋਹਪਣ ਤੱਕ ਤੱਕ ਅੱਖਾਂ ਨਹੀਂ ਸੀ ਰੱਜਦੀਆਂ ਤੇ ਸੁਸ਼ਮਾ ਪਹਿਲੀ ਨਜ਼ਰ ਬੱਚੀ ਉੱਤੇ ਪੈਂਦੇ ਆ ਉਹਨੂੰ ਵੀ ਕੁਝ ਇਦਾਂ ਹੀ ਜਾਪਿਆ ਸੀ ਜਿਵੇਂ ਵੀ ਦਾਤਾ ਨੇ ਉਸ ਨਾਲ ਨਹੀਂ ਤਾਂ ਉਹਦੇ ਪਤੀ ਨਾਲ ਜ਼ਰੂਰ ਇਹ ਮਸ਼ਕਰੀ ਕੀਤੀ ਹੈ ਜਿਹਦੇ ਦਿਲ 'ਚ ਉਦੋਂ ਤੋਂ ਹੀ ਕਾਕੇ ਦੀ ਸਦਰ ਸਮਾ ਗਈ ਸੀ ਜਦੋਂ ਤੋਂ ਸੁਸ਼ਮਾ ਦੀ ਉਮੀਦਵਾਰੀ ਬਾਰੇ ਉਹਨੂੰ ਸੂਚਨਾ ਮਿਲੀ ਸੀ ਪਤੀ ਪਤਨੀ 'ਚ ਜਦੋਂ ਕਦੇ ਵੀ ਇਸ ਪ੍ਰਸੰਗ ਤੇ ਗੱਲਾਂ ਚੱਲਦੀਆਂ ਬਿਹਾਰੀ ਲਾਲ ਅਧਾਰਤ ਕਾਕੇ ਦੀ ਰੂਪੀ ਚ ਲਿਆ ਕਰਦਾ ਸੀ ਕਾਕਾ ਕਿਹੋ ਜਿਹਾ ਹੋਏਗਾ ਕਾਕੇ ਦੀ ਸ਼ਕਲ ਆਪਣੇ ਪਿਓ ਵਰਗੀ ਹੋਏਗੀ ਕਿ ਮਾਂ ਵਰਗੀ ਕਾਕੇ ਦੇ ਸਰੀਰ ਤੇ ਕਿਹੜੇ-ਕਿਹੜੇ ਰੰਗ ਦੇ ਫਰਾਕ ਸਜਣਗੇ ਪਤੀ ਦੀ ਦੇਖਾ ਦੇਖੀ ਸੁਸ਼ਮਾ ਦੀ ਕਲਪਨਾ ਵਿੱਚ ਵੀ ਤਾਂ ਕਾਕਾ ਹੀ ਸਮਾਇਆ ਹੋਇਆ ਸੀ ਉਹਨੂੰ ਵੀ ਤਾਂ ਕੁਝ ਘਟ ਰੀਝ ਨਹੀਂ ਸੀ ਆਪਣੇ ਪਤੀ ਨੂੰ ਕਾਕੇ ਦੇ ਦਰਸ਼ਨ ਕਰਾਉਣ ਦੇ ਸ਼ਾਇਦ ਐਸੇ ਕਰਕੇ ਪਹਿਲਾਂ ਪਹਿਲ ਉਹਦੇ ਦਿਲ ਨੂੰ ਝਟਕਾ ਜਿਹਾ ਵੱਜਾ ਪਰ ਉਸ ਤੋਂ ਕੁਝ ਹੀ ਚਿਰ ਬਾਅਦ ਜਦੋਂ ਨੇ ਬੱਚੀ ਨੂੰ ਆਪਣੀ ਹਿੱਕ ਨਾਲ ਪੀਚੀ ਹੋਈ ਤੱਕਿਆ ਤਾਂ ਇੱਕ ਵਾਰੀ ਉਹ ਸਿਰ ਦੇ ਚੋਂ ਵਾਦਸਤਲ ਦਾ ਕੋਈ ਸੋਮਾ ਫੁੱਟ ਪਿਆ ਉਸ ਲਈ ਸਾਰੇ ਸੰਸਾਰ ਦੇ ਸੁੱਖ ਸਿਮਟ ਕੇ ਉਸ ਨੰਨੇ ਜੇ ਸਰੀਰ 'ਚ ਕੇਂਦਰਿਤ ਹੋ ਗਏ ਸੁਸ਼ਮਾ ਦਾ ਉਸਹਿਮ ਨਿਰਾਧਾਰੀ ਸਿੱਧ ਹੋਇਆ ਜਿਹੜਾ ਉਸ ਤੋਂ ਪਹਿਲਾਂ ਉਹਦੀ ਰਤ ਚੂਸਦਾ ਰਹਿੰਦਾ ਸੀ ਖਬਰੇ ਜੀਆਂਗੀ ਕਿ ਮਰਾਂਗੀ ਉਹਦੇ ਜਨੇਪੇ ਦੀਆਂ ਘੜੀਆਂ ਪੂਰਮਨ ਤੇ ਸੁਖ ਸਾੰਦ ਨਾਲ ਪੀਤੀਆਂ ਘਰ ਵਾਲਿਆਂ ਨੇ ਬਿਹਾਰੀ لال ਨੂੰ ਇਸ ਬਾਰੇ ਚਿੱਠੀ ਲਿਖੀ ਨਾਲ ਹੀ ਜਲਦੀ ਤੋਂ ਜਲਦੀ ਆਉਣ ਦੀ ਤਾਕੀਦ ਵੀ ਕੀਤੀ ਦੂਜੀ ਚਿੱਠੀ ਸੁਸ਼ਮਾ ਦੇ ਪਿਤਾ ਨੂੰ ਲਿਖੀ ਗਈ ਜਿਸ ਤੋਂ 3-4 ਦਿਨ ਬਾਅਦ ਮਲਿਕ ਹੋਰਾਂ ਵੱਲੋਂ ਅਸ਼ੀਰਵਾਦ ਭਰਿਆ ਉੱਤਰ ਨਾਲੇ ਮੰਨੀ ਆਰਡਰ ਲਈ ਕੁਝ ਰਕਮ ਵੀ ਆ ਗਈ ਪਰ ਜਿਸ ਤੇ ਜਵਾਬ ਦੀ ਸਭ ਤੋਂ ਬਹੁਤੀ ਦੀਕ ਸੀ ਕਈ ਦਿਨ ਬੀਤ ਜਾਣ ਤੇ ਵੀ ਉਸ ਵੱਲੋਂ ਕੋਈ ਸਮਾਚਾਰ ਨਹੀਂ ਆਇਆ ਪਰ ਸੂਤ ਕਮਰੇਚ ਪਈ ਹੋਈ ਸੁਸ਼ਮਾ ਦੇ ਦਿਲ ਉੱਤੇ ਵੀ ਕੁਝ ਘੱਟ ਚੋਟ ਨਹੀਂ ਲੱਗੀ ਇਹਨਾਂ ਤਾਂ ਉਹ ਸੋਚ ਸਕਦੀ ਸੀ ਕਿ ਆਪਣੇ ਦੇਸ਼ ਦੀ ਪ੍ਰਥਾ ਅਨੁਸਾਰ ਧੀ ਜੰਮੀ ਦੀ ਖਬਰ ਘਟ ਵਾਧੀ ਕਿਸੇ ਪਿਉ ਲਈ ਸੁਖਦਾਈ ਹੁੰਦੀ ਹੈ ਪਰ ਕੋਈ ਵੀ ਪਤੀ ਆਪਣੀ ਸਾਥਣ ਦੇ ਸੁੱਖ-ਦੁੱਖ ਬਾਰੇ ਤਾਂ ਇੰਨਾ ਵੇਸਲਾ ਨਹੀਂ ਹੋ ਸਕਦਾ ਉਹ ਸੋਚਦੀ ਕੰਮ ਕਾਜ ਦਾ ਬੋਝ ਮੰਨਿਆ ਕਿ ਉਹਨਾਂ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਦਿੰਦਾ ਪਰ 5 7 17 ਚ ਰਿੱਟਨ ਚ ਆਖਰ ਕਿੰਨਾ ਕੁ ਵਕਤ ਲੱਗ ਜਾਂਦਾ ਹੈ ਮਤਲਬ ਚਿੱਠੀ ਡਾਕਖਾਨੇ ਚ ਕਿਤੇ ਗਵਾਚ ਗਈ ਹੋਵੇ ਜਾਂ ਕਿ ਪਤਾ ਕਿਤੇ ਬਾਹਰ ਅੰਦਰ ਚਲੇ ਗਏ ਹੋਣ ਤੇ ਚਿੱਠੀ ਦਫਤਰ ਚ ਹੀ ਪਈ ਰੁਲਦੀ ਹੋਵੇ ਹਰਦوار ਜਾਣਾ ਵੀ ਤਾਂ ਸੰਭਵ ਹੋ ਸਕਦਾ ਹੈ ਲਾਲਾ ਜੀ ਦੇ ਫੁੱਲ ਪਰਵਾਹ ਕਰਨ ਲਈ ਤੇ ਆਪਣੇ ਡਿਗਦੇ ਦਿਲ ਨੂੰ ਖਿលਿਆਰਨ ਲਈ ਸੁਸ਼ਮਾ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਦਲੀਲਾਂ ਘੜਦੀ ਚਲੀ ਚਲੀ ਜਾਂਦੀ ਛੇਕੜ ਸੁਸ਼ਮਾ ਨੇ ਆਪ ਹੀ ਇੱਕ ਚਿੱਠੀ ਲਿਖ ਕੇ ਪਾ ਦਿੱਤੀ ਖੂਬ ਲੰਮੀ ਸਵਿਸਥਾਰ ਚਿੱਠੀ ਮਾਨੂ ਸਾਰਾ ਦਿਲ ਪੰਘਾਰ ਕੇ ਲਿਖ ਭੇਜਿਆ ਉਹਨੇ ਤੇ ਇਸ ਵਿਸ਼ਵਾਸ ਨਾਲ ਕਿ ਇਹਦਾ ਜਵਾਬ ਤਾਂ ਉਹਨੂੰ ਹਰ ਹਾਲਤ ਚ ਆਏਗਾ ਹੀ ਅੱਜ ਵੀ ਨਹੀਂ ਅੱਜ ਵੀ ਕੋਈ ਨਾ ਅੱਜ ਵੀ ਡਾਕਿਆ ਮੁੜ ਗਿਆ ਏ ਸਾਈਂ ਸੱਚਿਆ ਸੁਖ ਕਰੇ ਕਿਤੇ ਕੁਝ ਤੇਉਦੇ ਅੰਦਰ ਦਿਲ ਤਾਂ ਹੋਏ ਸ਼ੰਕਾ માં ਉੱਜਣੀਆਂ ਸ਼ੁਰੂ ਹੋ ਜਾਂਦੀਆਂ ਇੱਕ ਤੋਂ ਬਾਅਦ ਦੂਜੀ ਤੀਜੀ ਚੌਥੀ ਅਸ਼ੰਕਾਵਦੀ ਇਹ ਜੰਜੀਰ ਜਿਉਂ ਜੋ ਲੰਮੀ ਹੁੰਦੀ ਗਈ ਸੁਸ਼ਮਾਂ ਦੇ ਸੂਤਰ ਸੁੱਕਦੇ ਗਏ ਉਹਨੂੰ ਬੁਰੇ ਬੁਰੇ ਸੁਪਨੇ ਆਉਣ ਲੱਗ ਪਏ ਇੰਨੇ ਡਰਾਉਣੇ ਕਿ ਸੁੱਤੀ-ਸੁੱਤੀ ਬਰੜਾ ਉੱਠਦੀ ਤੇਰਮਾਨਾਤੀ ਅਜੇ ਤੀਕ ਵੀ ਉਧਰੋਂ ਦੋ ਉਂਗਲਾਂ ਕਾਗਤ ਕਿਸੇ ਨੇ ਭੇਜਿਆ ਘਰ ਦੇ ਸਾਰੇ ਜੀ ਚਿੰਤਾ ਤੁਰ ਸੰ ਪਹਿਲੇ ਖਾਤੋਂ ਤੋਂ ਬਾਅਦ ਮੇਲਾ ਰਾਮ ਨੇ ਇੱਕ ਹੋਰ ਖਤ ਪਾਇਆ ਤੇਰੀ ਖੋਰ ਪਰ ਵਿਅਰਥ ਦਿਨੇ ਰਾਤੀਂ ਘਰ 'ਚ ਇਹੋ ਪ੍ਰਸੰਗ ਸੁਣਾਈ ਦਿੰਦਾ ਹਰ ਕੋਈ ਤਰ੍ਹਾਂ ਤਰ੍ਹਾਂ ਦੇ ਅਨੁਮਾਨ ਲਾਈ ਚਲਾ ਜਾਂਦਾ ਆਂਗ-ਗਵਾਂ 'ਚ ਵੀ ਇਹੋ ਚਰਚਾ ਸੀ ਕਿ ਕੋਈ ਇਹਨੂੰ ਕਿਸੇ ਰੰਗ 'ਚ ਲੈਂਦਾ ਕੋਈ ਕਿਸੇ ਵਿੱਚ ਛੇਕਰ ਬਿਹਾਰੀ ਲਾਲ ਦੀ ਚਿੱਠੀ ਆਈ ਗਈ ਪਰ ਅਸਲੋਂ ਹੀ ਸੰਖੇਪ ਕੇਵਲ ਇੰਨਾ ਹੀ ਲਿਖਿਆ ਸੀ ਪ੍ਰਾਨ ਪਿਆਰੀ ਸੁਸ਼ਮਾ ਪਹਿਲੀ ਚਿੱਠੀ ਮੁੰਨੀ ਦੇ ਆਗਮਨ ਬਾਰੇ ਮਿਲ ਗਈ ਸੀ ਉਤਮ ਮਗਰ ਲੀਆਂ ਵੀ ਉੱਤਰ ਨਾ ਦੇ ਸਕਣ ਦੀ ਸਭਨਾ ਪਾਸੋਂ ਖੇਮਾ ਮੰਗਦਾ ਲਾਲਾ ਜੀ ਦੀ ਮ੍ਰਿਤੂ ਤੋਂ ਬਾਅਦ ਉਪਰੋਂ ਥੱਲੇ ਇੰਨੇ ਚ ਮੇਲੇ ਆ ਪੈਨੇ ਕਿ ਰੱਬ ਦੇ ਇਹ ਬੰਦਾ ਸਹੀ ਅਜੇ ਤੱਕ ਵੀ ਇਹੋ ਹਾਲ ਹੈ ਕਿਸੇ ਪਾਸੇ ਹਿਲ ਤੱਕ ਨਹੀਂ ਸਕਦਾ ਖਰਚਾ 3500 ਰੁਪਏ ਭੇਜ ਰਿਆਂ ਤੁਸੀਂ ਸਭ ਸਕੁਸ਼ਲ ਹੋ ਗਏ ਪਿਆਰ ਸਹਿਤ ਬਿਹਾਰੀ لال ਚਿੱਠੀ ਆਉਣ ਨਾਲ ਖਾਸ ਕਰਕੇ ਅਗਲੇ ਦਿਨ ਬਿਮਾਰ ਰਜਿਸਟਰੀ ਰਾਈ ਰੁਪਏ ਆ ਜਾਣ ਨਾਲ ਘਰ ਵਾਲਿਆਂ ਨੂੰ ਸੰਤੋਖ ਹੋਇਆ ਪਰ ਸੁਸ਼ਮਾ ਉਤੇ ਇਸ ਦਾ ਪ੍ਰਤੀਕਰਮ ਅਤਮਾਰੂ ਹੋਇਆ। ਸਿਆਲੀ ਰਾਤਾਂ ਉੰਜ ਹੀ ਲੰਮੀਆਂ ਹੁੰਦੀਆਂ ਨੇ ਸੁਸ਼ਮਾ ਲਈ ਤਾਂ ਇਹ ਲੰਮੀਆਂ ਤੋਂ ਛੁੱਟ ਅਮੁਕ ਤੇ ਅਸਹਿ ਵੀ ਬਣ ਗਈਆਂ। ਕਰਵਟ ਉਤੇ ਕਰਵਟ ਬਦਲਦੀ ਜਾਂਦੀ ਨਵੀਂ ਤੋਂ ਨਵੀਂ ਭਿਆਨਕ ਉਦਗਾਰਾਂ 'ਚ ਉਲਝ ਕੇ ਛੱਟਪਟਾਈ ਜਾਂਦੀ। ਤਾਂ ਤਾਂ ਕੀ ਮੇਰੇ ਸੁਪਨੇ ਸੱਚੇ ਸਨ? ਏਡਾ ਪੱਥਰ ਹੋ ਗਿਆ ਉਹਨਾਂ ਦਾ ਦਿਲ ਜਿਸ ਚਿੱਠੀ 'ਚ ਮੈਂ ਆਪਣੇ ਦਿਲ ਦੇ ਟੁਕੜੀ ਪੋੜ ਕੇ ਭੋੜ ਕੇ ਜੇ ਸੰ ਉਹਦਾ ਬਸ ਇੰਨਾ ਹੀ ਜਵਾਬ ਕਿਸੇ ਗੱਲ ਦਾ ਜ਼ਿਕਰ ਤੱਕ ਨਹੀਂ ਜਿਵੇਂ ਚਿੱਠੀ ਕਿਸੇ ਵਪਾਰੀ ਨੂੰ ਲਿਖੀ ਹੋਵੇ ਮੁੰਨੀ ਕਿਵੇਂ ਐ ਜਨੇਪੇ ਦੇ ਦਿਨ ਹੀ ਤੇਰੇ ਨਾਲ ਕੀ ਗੁਜ਼ਰੀ ਹੁਣ ਤੇਰੀ ਸਿਹਤ ਦਾ ਕੀ ਹਾਲ ਹੈ ਕੁਝ ਵੀ ਨਾ ਇਹਨਾਂ ਗੱਲਾਂ ਬਾਰੇ ਬਸ ਝਮੇਲੇ ਝੰਡਟ ਰੁਜੇ ਵੀ ਆਪਣੇ ਆਉਣ ਨਾ ਆਉਣ ਬਾਰੇ ਜ਼ਿਕਰ ਤੱਕ ਨਹੀਂ ਆਖਰ ਮਾਮਲਾ ਕੀ ਹੈ ਕਿਤੇ ਕੁਝ ਕਿਤੇ ਕੋਈ ਰੱਬ ਨਾ ਕਰਾਈ ਜੀ ਹਰ ਕਰਵਟ ਦੇ ਨਾਲ ਨਵੀਂ ਤੋਂ ਨਵੀਂ ਸ਼ੰਕਾ ਉੱਠੀ ਆ ਰਹੀ ਸੀ ਸੁਸ਼ਮਾ ਦੇ ਅੰਦਰ ਕਿਤੇ ਕੋਈ ਝਾਲ ਤਾਂ ਨਹੀਂ ਰਚਿਆ ਜਾ ਰਿਹਾ ਕਿਤੇ 5 500 ਦੇ ਰਜਿਸਟਰੀ بیمੇ ਵੱਡੀਆਂ ਤਾਰਨ ਲਈ ਤਾਂ ਨਹੀਂ ਭੇਜੇ ਜਾ ਰਹੇ ਕਿਤੇ ਐਸਾ ਤਾਂ ਨਹੀਂ ਕਿ ਜਿਹਨੂੰ ਮੈਂ ਦੇਵੀ ਦੇਵਤੇ ਦਾ ਵਰਦਾਨ ਸਮਝੀ ਬੈਠੀ ਅਸਲ 'ਚ ਸਰਾਪ ਹੋਵੇ ਅੰਗ 18ਵਾਂ ਉਹੀ 57ੀ ਚਿੱਠੀ ਆਈ ਸੋ ਆਈ ਉਸ ਤੋਂ ਬਾਅਦ ਸੁਸ਼ਮਾ ਨੂੰ ਪਤੀ ਦੀ ਹੱਥ ਲਿਖਤ ਦੇਖਣੀ ਨਸੀਬ ਨਹੀਂ ਹੋਈ ਕਈ ਚਿੱਠੀਆਂ ਭੇਜਣ ਦੇ ਬਾਵਜੂਦ ਵੀ ਨਹੀਂ ਹੁਣ ਕੀ ਬਣੇਗਾ ਦਿਨੇ ਵੀ ਸੁਸ਼ਮਾ ਇਸੇ ਪ੍ਰਸ਼ੰਦਾ ਉੱਤਰ ਢੂੰਡਣ ਚ ਗਵਾਚੀ ਰਹੀਂਦੀ ਰਾਤੀ ਵੀ ਪਰ ਕੋਈ ਵੀ ਆਸ ਬਣਾਉ ਜੁਗਤ ਉਹਨੂੰ ਸੁਝਾਈ ਨਾ ਦਿੰਦੀ ਵਿੱਚ ਵਿੱਚ ਉਹ ਇੱਥੋਂ ਤੱਕ ਸੋਚਣ ਲੱਗਦੀ ਕਿ ਕਿਸੇ ਵੇਲੇ ਚੁੱਪਚਾਪਾਤੀ ਘਰੋਂ ਨਿਕਲ ਤੁਰੇ ਦਲਹੋਜ਼ੀ ਜਾ ਕੇ ਸਾਹ ਲਵੇ ਪਰ ਇੱਕ ਤਾਂ ਉਹਦਾ ਸਰੀਰ ਹੀ ਹਲੇ ਨਾ ਜੋਗਾ ਨਹੀਂ ਸੀ ਤੇ ਦੂਜਾ ਉਹਦੇ ਰਸਤੇ 'ਚ ਮੁੰਨੀ ਦੀ ਰੁਕਾਵਟ ਤੇ ਤੀਜਾ ਸਰਦੀ ਦਿਨੋਂ ਦਿਨ ਵਾਧੀ ਜਾ ਰਹੀ ਸੀ ਸਵਾ ਮਹੀਨਾ ਪੂਰਾ ਕਰਕੇ ਜਦੋਂ ਪ੍ਰਸੂਤ ਘਰੋਂ ਨਿਕਲੀ ਤਾਂ ਉਹਨੂੰ ਪਛਾਣਨਾ ਔਖਾ ਸੀ ਹਰ ਕੋਈ ਆਖਦਾ ਕੀ ਹੋਇਆ ਇਸ ਕੁੜੀ ਨੂੰ ਕਿ ਡਿ ਸੇਤ ਸੀ ਇਹਦੀ ਝਾਲ ਨਹੀਂ ਸੀ ਝੱਲੀ ਜਾਂਦੀ। ਇਕਦਮ ਇਹ ਤਾਂ ਪੀਤੀ ਗਈ ਐ। ਮੇਲਾ RAM ਤੇ ਉਹਦੀ ਪਤਨੀ ਘਟ ਚਿੰਤਾ ਤੁਰ ਨਹੀਂ ਸਨ। ਉਧਰ ਪੁੱਤਰ ਦੀ ਚਿੰਤਾ ਇਧਰ ਨੁੰਦਾਏ ਹਾਲ ਕਿ ਪਿੰਡੇ ਤੇ ਮਾਸ ਦਾ ਨਾ ਨੀ। ਚਿਹਰੇ ਤੇ ਬਸਾਰ ਵਰਤ ਗਈ। ਕਰਨ ਤਾਂ ਕੀ ਕਰਨ? ਕਿਉਂ ਨਹੀਂ ਸੀ ਵੇਖ ਰਹਿ ਕੇ ਸੁਸ਼ਮਾ ਕਿਵੇਂ ਆਪਣੇ ਪਤੀ ਦੇ ਗਮ ਚ ਮੁੱਕਦੀ ਜਾ ਰਹੀ ਐ। ਰੋਜ਼ ਵਾਂਗ ਅੱਜ ਵੀ ਪਤੀ ਪਤਨੀ ਵਿਚਾਲੇ ਚੁੱਖਾ ਚਿਰ ਕੁ ਸਰਮਸਰ ਹੁੰਦੀ ਰਹੀ। ਜਿਹਦਾ ਆਰੰਭ ਹੋਇਆ ਪਤਨੀ ਦੇ ਸਤਾੜਨਾ ਤੋਂ। ਕੁਝ ਖਬਰ ਵੀ ਏ ਬਿਹਾਰੀ ਦੇ ਬਾਪੂ ਵੀ ਘਰ ਉਤੇ ਕੀ ਨਰਥ ਆਉਣ ਵਾਲਾ ਮੈਂ ਕਹਨੀ ਆਂ ਦਲਹੋਜ਼ੀ ਜਾ ਤੇ ਜਾ ਕੇ ਮੁੰਡੇ ਦੀ ਕੋਈ ਉਗ ਸੁਗ ਕੱਢ ਮੇਲਾ ਰਾਮ ਨੂੰ ਵੀ ਘੱਟ ਸਹਿਮ ਨਹੀਂ ਸੀ ਕਿਸੇ ਵਾਪਰਨ ਵਾਲੀ ਹੋਣੀ ਦਾ ਪਰ ਦਲਹੋਜ਼ੀ ਦਾ ਸਫ਼ਰ ਇਸ ਰੁੱਤੇ ਕਰਨਾ ਵੀ ਤਾਂ ਉਸ ਵਰਗੇ ਰੋਗੀ ਦੇ ਤੇ ਮੰਦੇ ਸਰੀਰ ਵਾਲੇ ਲਈ ਕੋਈ ਸੌਖਾ ਨਹੀਂ ਸੀ ਜਦ ਕਿ ਉੱਥੋਂ ਦਾ ਚੱਪਾ-ਚੱਪਾ ਥਾਂ ਇਨੀ ਦਿਨੀ ਬਰਫ਼ ਨਾਲ ਟਕਿਆ ਹੁੰਦਾ ਪਰ ਰੋਖਾ ਹੋਵੇ ਸੁਖਾਲਾ ਹੋਵੇ ਇਸ ਤੋਂ ਬਿਨਾ ਹੋਰ ਕੋਈ ਵਾਹ ਵੀ ਤਾਂ ਨਹੀਂ ਸੀ ਛੇਕੜੇ ਹੋ ਫੈਸਲਾ ਹੋਇਆ ਸੁਸ਼ਮਾ ਨੇ ਜਦ ਸੁਣਿਆ ਤਾਂ ਸੱਸ ਨੂੰ ਉਹਨੇ ਆੜੇ ਹੱਥੀ ਲਿਆ ਭਾਬੀ ਜੀ ਤੁਸੀਂ ਮਾਰਨਾ ਲੋੜ ਦੇ ਜੇ ਭਾਈਆ ਜੀ ਨੂੰ ਪਰ ਹੋਰ ਧੀਏ ਕਿ ਇਹਨੂੰ ਭੇਜਾਂ ਸੱਸ ਨੇ ਉੱਤਰ ਵਿੱਚ ਗਿਆ ਮੈਂ ਆਪ ਜਾਵਾਂਗੀ ਸੁਸ਼ਮਾ ਨੇ ਆਪਣਾ ਦ੍ਰਿੜ ਫੈਸਲਾ ਸੁਣਾਇਆ ਕਈਆਂ ਦਿਨਾਂ ਦੀ ਤਿਆਰ ਹੋਈ ਬੈਠੀ ਆ ਸਿਰਫ ਧੋਤੋਂ ਪੁੱਛਣਾ ਬਾਕੀ ਸੀ ਸੋ ਚੰਗਾ ਹੋਇਆ ਜੇ ਤੁਸੀਂ ਆਪ ਹੀ ਗੱਲ ਛੇੜ ਦਿੱਤੀ ਪਤੀ ਪਤਨੀ ਦੇ ਮੂੰਹ ਟੱਡੇ ਰਹਿ ਗਏ ਜਮਤੀਲ ਕੁੜੀ ਜਿਹਦੀ ਅਜੇ ਤੱਕ ਰਤ ਵੀ ਨਹੀਂ ਪਰਤੀ ਦਲਹੋਜ਼ੀ ਜਾਣ ਨੂੰ ਕਹਿ ਰਹੀ ਐ ਚੋਖਾ ਚਿਰ ਬਵਾਦ ਚੱਲਦਾ ਰਿਹਾ ਪਰ ਦੋਵੇਂ ਵੱਡੀ ਉਮਰੀ ਬੰਦਿਆਂ ਸਾਹਮਣੇ ਇਕੱਲੀ ਮੁੱਟਿਆ ਦੀ ਕੁਝ ਨਾ ਚੱਲ ਸਕੇ ਫੇਰ ਵੀ ਸੁਸ਼ਮਾ ਦੇ ਜ਼ੋਰ ਦੇਣ ਤੇ ਫੈਸਲੇ ਇੰਨੀ ਕੁ ਤਰਮੀਮ ਕਰਨੀ ਪਈ ਕਿ ਮੇਲਾ ਰਾਮ ਫਿਲਹਾਲ ਦਲਹੋਜ਼ੀ ਨਹੀਂ ਪਠਾਨਕੋਟ ਤੱਕ ਹੀ ਜਾਏਗਾ ਜਿੱਥੋਂ ਹਰ ਰੋਜ਼ ਦਲਹੋਜ਼ੀ ਦੇ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਸੋ ਉੱਥੋਂ ਹੀ ਕਿਸੇ ਜਾਣੂ ਪਛਾਣੂ ਦੀ ਮਦਦ ਨਾਲ ਬਿਹਾਰੀ لال ਬਾਰੇ ਪਤਾ ਸੁਰ ਮੰਗਵਾ ਕੇ ਮੁੜ ਆਏਗਾ। ਉਹ ਤੋਂ ਬਾਅਦ ਦੇਖੀ ਜਾਏਗੀ। ਤੇ ਦੂਜੇ ਦਿਨ ਮੇਲਾ ਰਾਮ ਪਠਾਨਕੋਟ ਚਲਾ ਗਿਆ। ਅੰਗ 19 ਕਿਹੀ ਮਨਹੂਸ ਆਈ ਏ ਇਹ ਭੈੜਮੁਈ ਰਾਤੀ ਲੇਟਿਆਂ-ਲੇਟਿਆਂ ਅਕਸਰ ਸੁਸ਼ਮਾ ਆਪਣੀ ਬੱਚੀ ਤੇ ਗੁੱਫਰ ਕੱਢਣ ਲੱਗ ਪੈਂਦੀ। ਘੜੀ ਪਲਚੀ ਉਹਦਾ ਗੁੱਸਾ ਡੂੰਗੀ ਮਮਤਾ ਚ ਬਗਲ ਜਾਂਦਾ ਤੇ ਉਹਨੂੰ ਛਾਤੀ ਨਾਲ ਘੁੱਟ ਲੈਂਦੀ। ਸੱਚੀ ਕਿਸੇ ਕਿਹਾ ਕਿ ਦੁੱਖ ਵੇਲੇ ਬੰਦੇ ਨੂੰ ਜਾਂਦਾ ਰੱਬ ਦੀ ਯਾਦ ਆਉਂਦੀ ਏ ਤੇ ਜਾਂ ਮਾਂ ਦੀ। ਕਸ਼ਟਾਂ ਦਾ ਕਟੋਰਾ ਜਦੋਂ ਕੰਢਿਆਂ ਤੋਂ ਦੀ ਛਲਕਣ ਲੱਗਦਾ ਤਾਂ ਚਿੰਤਾ ਹੀ ਸਾਡੇ ਮੂੰਹ ਹਾਏ ਮੇਰੇ ਰੱਬਾ ਜਹਾਏ ਮੇਰੀ ਮਾਂ ਨਿਕਲਦਾ ਪਿਛਲੇ ਚੋਖੇ ਚਿਰ ਤੋਂ ਸੁਸ਼ਮਾਨੀ ਉਹਨਾਂ ਪੁਸਤਕਾਂ ਪੋਥੀਆਂ ਵੱਲ ਧਿਆਨ ਨਹੀਂ ਸੀ ਦਿੱਤਾ ਜਿਨ੍ਹਾਂ ਚੋਂ ਉਹ ਆਪਣੀ ਜਨਮ ਦਾਤੀ ਦੀ ਨੁਹਾਰ ਤੱਕਿਆ ਕਰਦੀ ਸੀ ਜਿਹਦਾ ਵਧੇਰੇ ਕਾਰਨ ਸੀ ਉਹਦੀ ਪਰਸੂਤ ਅਵਸਥਾ ਪਰ ਇਹ ਦ ਕੁਝ ਦਿਨਾਂ ਤੋਂ ਜਦ ਤੋਂ ਮਾਨਸਿਕ ਪੀੜਾ ਨੇ ਉਹਨੂੰ ਪੁੱਛਣਾ ਸ਼ੁਰੂ ਕੀਤਾ ਸੀ ਤਦ ਤੋਂ ਮੜ ਉਸੇ ਕਿਤਾਬ ਵਾਲੀ ਗੰਢੜੀ ਦਾ ਉਹਨੂੰ ਆਸਰਾ ਲੈਣਾ ਬੈ ਰਿਆ ਸੀ ਪਤਾ ਨਹੀਂ ਕਿਤਾਬਾਂ ਆਪਣਾ ਅਸਰ ਗਵਾ ਬੈਠੀਆਂ ਸਨ ਜਾਂ ਸੁਸ਼ਮਾ ਦੀਆਂ ਰੁਚੀਆਂ ਚੋਂ ਗ੍ਰੈਂਡ ਸ਼ਕਤੀ ਜਾਂਦੀ ਰਹੀ ਸੀ ਕਿ ਜਦੋਂ ਦੀ ਰਾਤ ਦੀ ਇਕਾਂਤ ਵਿੱਚ ਉਹ ਕਿਸੇ ਕਿਤਾਬ ਨੂੰ ਪੜ੍ਹਨਾ ਸ਼ੁਰੂ ਕਰਦੀ ਕਿ ਅੱਖਾਂ ਉਹਦੀਆਂ ਉਵੇਂ ਕਿਵੇਂ 17 ਤੀ ਗੱਡੀਆਂ ਰਹਿੰਦੀਆਂ ਪਰ ਦਿਲ ਦਾ ਪੰਛੀ ਉਡਾਰੀ ਮਾਰ ਕੇ ਕਿਤੇ ਦਾ ਕਿਤੇ ਜਾ ਪਟਕਦਾ ਪਿਛਲੇ ਕਈ ਦਿਨਾਂ ਤੋਂ ਇਹੋ ਚੱਲ ਰਿਹਾ ਸੀ ਜਿਸ ਕਰਕੇ ਸੁਸ਼ਮਾ ਦੀ ਪਰੇਸ਼ਾਨੀ ਚ ਦੋਨਾ ਚੌਣਾ ਵਾਧਾ ਹੋ ਜਾਣਾ ਸੁਭਾਵਕ ਹੀ ਸੀ ਮੁੰਨੀ ਨੂੰ ਸੁਸ਼ਮਾ ਨੇ ਪਿਛਲੇ ਦੋ ਹਫ਼ਤੇ ਤੋਂ ਉਪਰੇ ਦੁੱਧ ਦੀ ਗੇਜ ਪਾਉਣੀ ਸ਼ੁਰੂ ਕਰ ਰੱਖੀ ਸੀ ਪਰ ਘਰਦਿਆਂ ਤੋਂ ਚੋਰੀ-ਚੋਰੀ ਜਾਣ ਤੋਂ ਤੀਜੇ ਦਿਨ ਬਾਅਦ ਮੇਲਾ ਰਾਮ ਪਠਾਨ ਕੋਟੋਂ ਮੋੜ ਆਇਆ ਤੇ ਜਿੰਨੀ ਕਿ ਜਾਣਕਾਰੀ ਉਹ ਇਕੱਠੀ ਕਰਕੇ ਲਿਆਇਆ ਸਾਰਾ ਕੁਝ ਉਹਨੇ ਆਉਨੀ ਪਤਨੀ ਦੇ ਕੰਨਾਂ 'ਚ ਭਰ ਦਿੱਤਾ ਸੁਸ਼ਮਾ ਜਿਹੜੀ ਇਹ ਸਮਾਚਾਰ ਸੁਣਨ ਲਈ ਸਭ ਤੋਂ ਉਤਾਵਲੀ ਸੀ ਕੋਸ਼ਿਸ਼ ਕਰਦੀ ਹੋਈ ਵੀ ਸਾਰਾ ਕੁਝ ਜਾਣ ਸਕਣ 'ਚ ਸਫਲ ਨਹੀਂ ਹੋ ਸਕੀ ਪਰ ਮੋਟੀ ਬੁੱਧ ਵਾਲੀ ਨਹੀਂ ਸੀ ਕਿ ਉਹ ਸੱਸ ਸਹੁਰੇ ਦੇ ਚਿਹਰਿਆਂ ਤੋਂ ਕੁਝ ਵੀ ਨਾ ਪੜ ਸਕੀ ਹੋਵੇ ਉਹ ਸਪਸ਼ਟ ਵੇਖ ਰਹੀ ਸੀ ਕਿ ਦੋਹਾਂ ਦੀਆਂ ਖਾਲੀ ਖਾਲੀ ਅੱਖਾਂ ਉੱਡੇ ਉੱਡੇ ਚਿਹਰੇ ਜ਼ਰੂਰੀ ਆਪਣੇ ਅੰਦਰ ਕੋਈ ਭੇਦ ਲੁਖਾਈ ਬੈਠੇ ਨੇ ਮੇਲਾ ਰਾਮ ਨੇ ਸੁਸ਼ਮਾ ਦੇ ਸਾਹਮਣੇ ਸਭ ਸੁਖ ਸਾਂਦ ਹੈ ਦੇ ਸਿਰਲੇਖ ਥੱਲੇ ਜਿੰਨਾ ਕੁਝ ਉਹਨੂੰ ਸੁਣਾਇਆ ਉਹ ਇਦੋਂ ਵੱਧ ਕੁਝ ਨਹੀਂ ਸੀ ਕਿ ਜ਼ਰਾ ਸਰੀਰ ਢਿੱਲਾ ਸੀ ਬਿਹਾਰੀ ਲਾਲ ਦਾ ਇੱਕ ਮੋਟਰ ਡਰਾਈਵਰ ਰਾਈ ਪਤਾ ਮੰਗਵਾਇਆ ਸੀ ਨਾਲੇ ਕੰਮਕਾਜ 'ਚ ਵਾਕਈ ਬੁਰੀ ਤਰ੍ਹਾਂ ਫਸਿਆ ਹੋਇਆ ਇਤਿਹਾਦੀ ਸਾਰੇ ਉੱਤੇ ਤਾਂ ਉਹਦਾ ਜ਼ੋਰ ਨਾ ਚੱਲ ਸਕਿਆ ਪਰ ਸੱਸ-ਪਾਸੋਂ ਭੇਦ ਉਗਲਾਣ ਲਈ ਉਹਨੂੰ ਕਾਫੀ ਯਤਨ ਕਰਨਾ ਪਿਆ ਕੁਝ ਦਿਨਾਂ ਤੋਂ ਸੱਸ ਨੇ ਨੂੰਹ ਦੇ ਕਮਰੇ 'ਚ ਸੌਣਾ ਸ਼ੁਰੂ ਕਰ ਰੱਖਿਆ ਸੀ ਸ਼ਾਇਦ ਸੁਸ਼ਮਾ ਦੀ ਉਦਾਸੀ ਦੂਰ ਕਰਨ ਦੇ ਖਿਆਲੋਂ ਰਾਤੀ ਸੌਣ ਤੋਂ ਪਹਿਲਾਂ ਸੁਸ਼ਮਾ ਨੇ ਜਦ ਸਾਫ਼ ਕਹਿ ਦਿੱਤਾ ਕਿ ਭਾਬੀ ਜੀ ਭਾਵੇਂ ਕਿੰਨਾ ਭੇਦ ਲੁਕਾਓ ਪਰ ਤੇ ਜਦ ਫੇਰ ਵੀ ਭੇਦ ਦੀ ਗੰਢ ਖੁੱਲਦੀ ਉਹਨੂੰ ਨਾ ਦਿੱਕੀ ਤਾਂ ਸੁਸ਼ਮਾ ਨੇ ਹੀ ਛੇਕੜਾ ਹਥਿਆਰ ਵਰਤਣਾ ਸ਼ੁਰੂ ਕੀਤਾ ਇਹੜਾ ਤੀਵੀਆਂ ਇਹੋ ਜਿਹੀ ਪ੍ਰਸਥਿਤੀ ਚ ਅਕਸਰ ਵਰਤਿਆ ਕਰਦੀਆਂ ਨੇ ਮਰਨ ਦੀ ਧਮਕੀ ਤੇ ਉਹਦਾ ਹੀ ਢੰਗ ਸਫਲ ਹੋਇਆ ਸੱਸ ਨੇ ਮਜਬੂਰ ਹੋ ਕੇ ਸਾਰੀ ਗੱਲ ਦੱਸ ਦਿੱਤੀ ਪਰ ਇਸ ਹਾਸ਼ੀਆ ਅਰਾਈ ਨਾਲ ਕਬਰਾਨ ਵਾਲੀ ਕੋਈ ਗੱਲ ਨਹੀਂ ਧੀ ਨਾਲੇ ਤੇਰੇ ਸਹਰੇ ਨੇ ਵੀ ਕਿਹੜਾ ਅੱਖੀਂ ਡਿੱਠਾ ਸੁਣੀਆਂ ਸੁਣਾਈਆਂ ਗੱਲਾਂ ਦਾ ਕੋਈ ਇਤਬਾਰ ਹੁੰਦਾ ਇੱਕ ਡਰਾਈਵਰ ਨੇ ਹੀ ਦੱਸਿਆ ਕਿ ਪਤਾ ਬਿਹਾਰੀ لال ਨਾਲ ਕੋਈ ਦੁਸ਼ਮਣੀ ਹੋਵੇ ਉਹਦੀ ਭਲਾ ਆਪਣੀ ਔਲਾਦ ਕਿਸੇ ਤੋਂ ਗੁੱਝੀ ਹੁੰਦੀ ਏ ਜੀਵੇ ਜਾਗੇ ਮੇਰਾ ਬਿਹਾਰੀ ਤਾਂ ਧੀਆਂ ਵਰਗਾ ਪੁੱਤਰ ਏ ਇਹੋ ਜਿਹਾ ਸੌ ਮੁੰਡਾ ਤਾਂ ਦਿਵਾਂ ਲੈ ਕੇ ਢੁੰਡਿਆ ਨਹੀਂ ਲੱਭ ਸਕਦਾ ਖਬਰ ਸੱਚੀ ਡਾਡੀ ਤਿਲ ਤੋੜਵੀਂ ਸੀ ਕਿਹੜੇ ਮਾਪੇ ਆਪਣੇ ਪੁੱਤਰ ਬਾਰੇ ਇਦਾਂ ਦੀ ਕੁਲੱਛਣੀ ਗੱਲ ਸੁਣ ਕੇ ਰਾਸਤੇ 'ਚ ਰਹਿ ਸਕਦੇ ਹੋਣਗੇ ਪਰ ਸੁਸ਼ਮਾ ਦੀ ਹਾਲਤ ਕੁਝ ਵੱਖਰੀ ਸੀ ਮਾਪਿਆਂ ਦਾ ਸੰਤਾਨ ਨਾਲ ਸਨੇਹ ਤਾਂ ਰਿਸ਼ਤਾ ਹੁੰਦਾ ਪਰ ਸਾਡੇ ਦੇਸ਼ ਦੀ ਪ੍ਰਥਾ ਅਨੁਸਾਰ ਪਤਨੀ ਲਈ ਪਤੀ ਸਰਬੰਸ ਹੁੰਦਾ ਹੈ ਮਾਪਿਆਂ ਨੂੰ ਕੇਵਲ ਪੁੱਤਰ ਦੀ ਚਿੰਤਾ ਸੀ ਪਰ ਸੁਸ਼ਮਾ ਨੂੰ ਸਰਬੰਸ ਦੀ ਅੰਗ ਵੀਮਾ ਘਰ ਵਾਲਿਆਂ ਦੀ ਇਕੈਰੀ ਨਹੀਂ ਦੂਰੀ ਵੀ ਨਹੀਂ ਤੀਰੀ ਚਿੰਤਾ ਪੈਦਾ ਹੋ ਗਈ ਬਿਹਾਰੀ لال ਦੇ ਹਾਵੇ 'ਚ ਜੇ ਨੂੰ ਨਾਲ ਵੀ ਕੋਈ ਭਾਣਾ ਵਰਤ ਗਿਆ ਤਾਂ ਵਿਚਾਰੀ ਦੁੱਧ ਚੁੰਗਦੀ ਬੱਚੀ ਦਾ ਕੀ ਬਣੇਗਾ ਘਰ ਵਾਲਿਆਂ ਨੇ ਹਜ਼ਾਰ ਸਮਝਾਉਣ ਤੇ ਵੀ ਭਾਵੇਂ ਸੁਸ਼ਮਾ ਦੀ ਹਾਲਤ ਵਿੱਚ ਫਰਕ ਨਹੀਂ ਪਿਆ ਪਰ ਇਹਨੇ ਉੱਤੇ ਵੀ ਨਾ ਤਾਂ ਉਹਦੀਆਂ ਅੱਖਾਂ 'ਚ ਗਿੱਲ ਸੀ ਨਾ ਜ਼ੁਬਾਨ 'ਤੇ ਕੋਈ ਸ਼ਬਦ ਅੰਦਰੇ-ਅੰਦਰ ਉਹ ਨਿੱਗਰਦੀ ਚੱਲੀ ਜਾ ਰਹੀ ਸੀ ਰੋਜ਼ ਵਾਂਗ ਅੱਜ ਵੀ ਸੌਣ ਤੋਂ ਪਹਿਲਾਂ ਸੁਸ਼ਮਾ ਦੀ ਸਾਥ ਆਪਣੀ ਰਜਾਈ ਦੀ ਬੁੱਕਲ 'ਚ ਬੈਠੀ ਉਹਨੂੰ ਸਮਝਾ ਰਹੀ ਸੀ ਕਬਰਾਇਆਂ ਕੁਝ ਨਹੀਂ ਬੰਨਣਾ ਧੀਏ ਇਹ 5-10 ਦਿਨ ਸਰਦੀ ਦੇ ਲੰਘ ਲੈਣ ਅੱਜਕੱਲ ਤਾਂ ਉੱਥੇ ਆਖਰਾਂ ਦੀ ਬਰਫ਼ ਪੈ ਰਹੀ ਏ ਫਿਰ ਅਸੀਂ ਦੋਵੇਂ ਚੱਲੀਆਂ ਚੱਲਾਂਗੇਾਂ ਤੇ ਜਾ ਕੇ ਸੁਸ਼ਮਾ ਬੇਤਿਆਨੀ ਸੁਣ ਰਹੀ ਸੀ ਤੇ ਸੁਣਦੀ ਸੁਣਦੀ ਕਾਹਲੀ ਪੈ ਰਹੀ ਸੀ ਇਚਰ ਨੂੰ मुन्नी ਦੇ ਜਾਗ ਪੈਣ ਕਰਕੇ ਉਹਨੂੰ ਖਿਹੜਾ ਛੁਡਾਣ ਦਾ ਬਹਾਨਾ ਮਿਲ ਗਿਆ ਬੋਲੀ ਅੱਛਾ ਭਾਬੀ ਜੀ ਤੁਸੀਂ ਆਰਾਮ ਕਰੋ मुन्नी ਜਾਗ ਪਈਏ ਨਾਲ ਮੈਂ ਅੱਜ ਪਾਠ ਵੀ ਕਰਨਾ ਹੈ ਪਾਠ ਕਰਨ ਦੀ ਗੱਲ ਮਾਈ ਨੂੰ ਪਸੰਦ ਆਈ ਤਾਂ ਨਿਸਲ ਹੋ ਕੇ ਲੇਟ ਗਈ मुन्नी ਦੇ ਸੌਂ ਜਾਣ ਤੋਂ ਬਾਅਦ ਸੁਸ਼ਮਾ ਨੇ ਉਹੀ ਕਿਤਾਬਾਂ ਦਾ ਜ਼ਖੀਰਾ ਜਾ ਖੋਲਿਆ ਉਸ ਚੋਂ ਕਿੰਨੀਆਂ ਸਾਰੀਆਂ ਕਿਤਾਬਾਂ ਕੱਢ ਲਈਆਂ ਰਾਤ ਬੀਤੀ ਜਾ ਰਹੀ ਸੀ ਪਰ ਸੁਸ਼ਮਾ ਦਾ ਪੁਸਤਕ ਪਾਠ ਮੁੱਕਣ ਚ ਨਹੀਂ ਆਇਆ ਵਾਰ-ਵਾਰੀ ਕਿਤਾਬਾਂ ਖੁੱਲ੍ਹ ਜਾਂਦੀ ਵਰਕੇ ਫੁੱਲ ਹੀ ਜਾਂਦੀ ਇੱਕ ਨੂੰ ਛੱਡ ਕੇ ਦੂਜੀ ਦੂਜੀ ਨੂੰ ਸੁੱਟ ਕੇ ਤੀਜੀ ਬਦਲਦੀ ਚਲੀ ਜਾਂਦੀ ਹਨੂਮਾਨ ਨਾਟਕ ਤੋਂ ਲੈ ਕੇ ਰਮਾਇਣ ਤੱਕ ਤੇ ਗੀਤਾ ਰਹਾਸ ਤੋਂ ਲੈ ਕੇ ਠਗੋਰ ਗੀਤਾਂਜਲੀ ਤੱਕ ਪਰ ਕਿਸੇ ਵੀ ਕਿਤਾਬ ਚੋਂ ਦਾ ਮਨ ਨਹੀਂ ਖੋਭ ਰਿਆ ਸੀ ਇਸੇ ਚੱਕਣ ਰੱਖਣ ਦੇ ਸਿਲਸਲੇ 'ਚ ਇੱਕ ਅਜਿਹੀ ਕਿਤਾਬ ਉਹਦੇ ਹੱਥ ਆਈ ਜਿਹੜੀ ਵਿਸ਼ੇਸ਼ ਦਿਲਚਸਪ ਨਾ ਹੋਣ ਤੇ ਵੀ ਉਹਦੇ ਹੱਥੋਂ ਛੁੱਟ ਨਹੀਂ ਸਕੀ ਕਿਤਾਬ ਦਾ ਨਾਂ ਸੀ ਸਤੀ ਸਵਿਤਰੀ ਜਿਨੂੰ ਹੁਣ ਤੋਂ ਬਹੁਤਾ ਚਿਰ ਪਹਿਲਾਂ ਲੰਮਰ ਚੁੱਕੀ ਹੋਈ ਸੀ ਇੱਕ ਤਾਂ ਕੋਈ ਵੀ ਵਾਰਤਾ ਦੀ ਕਿਤਾਬ ਇੱਕ ਵਾਰੀ ਪੜ੍ਹਨ ਤੋਂ ਬਾਅਦ ਪਾਠਕ ਲਈ ਬੇਸਵਾਦ ਹੋ ਜਾਇਆ ਕਰਦੀ ਹੈ ਦੂਜਾ ਇਹ ਵੀ ਹੈ ਕਿ ਇੱਕ ਪੁਰਾਣ ਕਥਾ ਸੀ ਇਹੋ ਜੀਆਂ ਕਥਾਵਾਂ ਨੂੰ ਮਨ ਘੜਤ ਖਿਆਲ ਕਰਕੇ ਸੁਸ਼ਮਾ ਬਹੁਤ ਮਹਾਨਤਾ ਨਹੀਂ ਸੀ ਦਿੰਦੀ ਹੁੰਦੀ ਪਰ ਇਸ ਕਿਤਾਬ ਵਿੱਚ ਲਈ ਕੈਸੀ ਚੀਜ਼ ਉੱਤੇ ਉਹਦੀ ਨਜ਼ਰ ਜਾ ਪਈ ਜਿਨੇ ਕਿਤਾਬ ਦੀ ਸਮੁੱਚੀ ਕਹਾਣੀ ਉੱਤੇ ਉਹਦਾ ਧਿਆਨ ਕੇਂਦਰਿਤ ਕਰ ਦਿੱਤਾ ਇੱਕ ਫੋਟੋਗ੍ਰਾਫ ਸੀ ਉਦੀ ਮਾਂ ਤੇ ਪਿਓ ਦੀ ਤਸਵੀਰ ਜਿਹੜੀ ਉਹਨਾਂ ਨੇ ਕਦੀ ਜਵਾਨੀ ਦੀ ਉਮਰ ਏ ਖਿੱਚਵਾਈ ਸੀ ਸ਼ਾਇਦ ਵਿਆਹ ਤੋਂ ਥੋੜਾ ਹੀ ਚਿਰ ਮਗਰੋਂ ਵਾਰੀ-ਵਾਰੀ ਸੁਸ਼ਮਾ ਦੀ ਨਜ਼ਰ ਕਦੀ ਪਿਓ ਦੇ ਅਕਸ ਉੱਤੇ ਜਾ ਟਿਕਦੀ ਕਦੀ ਮਾਂ ਦੀ ਛਾਇਆ ਉੱਤੇ ਦੁਲਹਨ ਤੇ ਪਹਿਰਾ ਵਿੱਚ ਜਿੰਨੀ ਸਾਦਗੀ ਸੀ ਲਾੜਾ ਉਨਾਂ ਹੀ ਟੜਕ-ਪੜਕ ਵਿੱਚ ਮਨੋਂ ਧਾਰਮਿਕਤਾ ਤੇ ਲੰਪਟ ਦਾ ਦਾ ਸੰਗਮ ਜਿਹਾ ਦੇਵੀ ਤੇ ਦਾਨਵੀ ਗੁਣਾ ਦੀ ਖਿਚੜੀ ਜੀ ਤੱਕਣ ਦੇ ਨਾਲ-ਨਾਲ ਉਹਦੇ ਅੰਦਰ 'ਚ ਜਿਵੇਂ ਅਤੀਤ ਦੀ ਕੋਈ ਫਿਲਮ ਜਿਹੀ ਚੱਲਣੀ ਸ਼ੁਰੂ ਹੋ ਗਈ ਆਪਣੇ ਪਿਓ ਦੀ ਜ਼ੁਬਾਨੀ ਸੁਣੀਆਂ ਗੱਲਾਂ ਦੇ ਆਧਾਰ ਤੇ ਜਿਵੇਂ ਉਹ ਉਹਨੂੰ ਅਕਸਰ ਸੁਣਾਇਆ ਕਰਦਾ ਸੀ ਸੁਸ਼ੀ ਜੇ ਕਦੀ ਮੈਨੂੰ ਉਹ ਨਾ ਬਚਾਉਂਦੀ ਤਾਂ ਦੁਰਾਚਾਰ ਦੀ ਗੰਦੀ ਗੰਦਗੀ ਚ ਗਲ ਸੜ ਕੇ ਮੈਂ ਕਦੇ ਤਾਂ ਖਤਮ ਹੋ ਗਿਆ ਹੁੰਦਾ ਮੰਨ ਦੀ ਸਕਰੀਨ ਉੱਤੇ ਚਲਦੀ ਚਲਦੀ ਫਿਲਮ ਦੀ ਕਹਾਣੀ ਹੁਣ ਇੱਕ ਨਵਾਂ ਮੋੜ ਲੈ ਰਹੀ ਸੀ ਸੁਸ਼ਮਾ ਤੱਕ ਰਹੀ ਸੀ ਟਿਊਸ਼ਨ ਕਾਰਖਾਨੇ ਦੀ ਮੈਨੇਜਰੀ ਨੋਟਾਂ ਦੀਆਂ ਥੱਬੀਆਂ ਬੀਬੀ ਜੀ ਲਾਲਾ ਜੀ ਕੇ ਤੇ ਫਿਲਮ ਚੱਲਣੀ ਬੰਦ ਹੋ ਚੁੱਕੀ ਸੀ ਹੁਣ ਸੁਸ਼ਮਾ ਦੀਆਂ ਅੱਖਾਂ ਬੰਦ ਸਨ ਉਹਦੀ ਤਰਕ ਸ਼ਕਤੀ ਆਪਣੇ ਹਵਾਈ ਘੋੜੇ ਨੂੰ ਸਰਪਟ ਦੁੜਾਈ ਜਾ ਰਹੀ ਸੀ ਕਿਤੇ ਮੇਰੇ ਉਹ ਵੀ ਤਾਂ ਜੋਸੇ ਟਿਕਾਣੇ ਨਹੀਂ ਪਹੁੰਚ ਗਈ ਜਾਂ ਸ਼ਾਇਦ ਉਹ ਤੋਂ ਵੀ ਦੂਰ ਅਗਾ ਕਿ ਮੈਂ ਵੀ ਆਪਣੀ ਮਾਂ ਵਾਂਗ ਉਹਨਾਂ ਨੂੰ ਉਸ ਥਾਂ ਤੋਂ ਮੋੜ ਲਿਆਉਣ ਤੇ ਸਫਲ ਹੋ ਸਕਦੀ ਹਾਂ ਇੱਕ ਵਾਰੀ ਫੇਰ ਸੁਸ਼ਮਾ ਦੀ ਨਜ਼ਰ ਆਪਣੀ ਮਾਂ ਦੀ ਉਸ ਫਿਗਰ ਉੱਤੇ ਜਾ ਟਿਕੀ ਉਹਦੀਆਂ ਸ਼ਾਂਤ ਸਥਿਰ ਅੱਖਾਂ ਚ ਅੱਖਾਂ ਗੱਡੀ ਨੂੰ ਪੁੱਛ ਰਹੀ ਸੀ ਦਸਮਾ ਸੱਚੋ ਸੱਚ ਦੱਸੀ ਕਿ ਮੈਂ ਵੀ ਉਹੀ ਕੁਝ ਕਰ ਸਕਾਂਗੀ ਜੋ ਕਦੀ ਤੂੰ ਕੀਤਾ ਸੀ ਬੋਲ ਵੀ ਮਾਂ ਬਿੱਤਰ-ਬਿੱਤਰ ਕੀ ਤੱਕੀ ਜਾ ਰਹੀ ਹੈ ਮੇਰੇ ਵੱਲ ਮੈਂ ਕੀ ਪੁੱਛਿਆ ਤੈਥੋਂ ਜਵਾਬ ਦੇ ਤੇ ਸੁਸ਼ਮਾ ਨੂੰ ਪਾਸਿਆ ਜਿਵੇਂ ਉਹਦੀ ਮਾਂ ਸੱਚੀ ਮੁੱਠੀ ਦੀ ਬਣ ਕੇ ਉਸ ਕਾਗਜ਼ ਦੇ ਟੁਕੜੇ ਤੋਂ ਬੋਲ ਪਈ ਹੋਵੇ ਕਿਉਂ ਨਹੀਂ ਬੱਚੀ ਜ਼ਰੂਰ ਕਿ ਤੂੰ ਮੇਰੇ ਲਹੂ-ਮਾਸ ਤੋਂ ਨਹੀਂ ਬਣੀ ਕਿ ਤੂੰ ਮੇਰਾ ਦੁੱਧ ਨਹੀਂ ਚੁੰਗਿਆ ਤੇ ਸੁਸ਼ਮਾ ਦੇ ਸਰੀਰ ਦਾ ਕਣ-ਕਣ ਉਤਸ਼ਾਹ ਨਾਲ ਭਰ ਘਟਿਆ ਹੋਰ ਕੁਝ ਪੜਨ ਵਾਚ ਹੁੰਦੀ ਉਹਨੂੰ ਲੋੜ ਨਹੀਂ ਰਹੀ ਸੀ ਕਿਤਾਬ ਅਜੇ ਤੀ ਕੋਦੇ ਕੋਡਿਆਂ ਤੇ ਖੁੱਲੀ ਪਈ ਸੀ ਨਾਲ ਦੇ ਮੰंजे ਤੇ ਸੱਸ ਦੇ ਘਰਾਣਿਆਂ ਦੀ ਆਵਾਜ਼ ਉਹਨੂੰ ਸੁਣਾਈ ਦੇ ਰਹੀ ਸੀ ਉਹਦੀ ਬੱਚੀ ਸੁੱਤੀ-ਸੁੱਤੀ ਸਿਰ ਹਿਲਾਉਂਦੀ ਹੋਈ ਆਪਣੀਆਂ ਬੁੱਲੀਆਂ ਚੂਸ ਰਹੀ ਸੀ ਸ਼ਾਇਦ ਮਾਂ ਦਾ ਥੰਡ ਢੂੰਡਣ ਦੇ ਭੁਲੇਖੇ ਜਿਉਂ ਹੀ ਸੁਸ਼ਮਾ ਗੋਡੇ ਤੋਂ ਕਿਤਾਬ ਚੁੱਕਣ ਲੱਗੀ ਕਿ ਉਹਦੀ ਨਜ਼ਰ ਖੁੱਲੇ ਹੋਏ ਵਰਕੇ ਤੇ ਜਾ ਰੁਕੀ ਇੱਕ ਤਸਵੀਰ ਉਤੇ ਜਿਹੜੀ ਕਿਤਾਬ ਵਿੱਚਲੀ ਵਾਰਤਾਂ ਨੂੰ ਪ੍ਰਗਟਾਉਣ ਲਈ ਉਸ ਤੇ ਛਾਪੀ ਗਈ ਸੀ ਵੱਡੇ-ਵੱਡੇ ਸਿੰਗਾ ਵਾਲੇ ਇੱਕ ਭਿਆਨਕ ਝੋਟੇ ਤੇ ਸਵਾਰ ਯਮਰਾਜ ਜਿਹੜਾ ਸਤਿਆਵਾਨ ਦਾ ਸਰੀਰ ਕਾਬੂ ਕੀਤੀ ਝੋਟੇ ਨੂੰ ਭਜਾਈ ਲੈ ਜਾ ਰਿਹਾ ਸੀ ਤੇ ਜਿਹਦੇ ਮਗਰੇ ਮਗਰ ਸਵਿੱਤਰੀ ਭੱਜੀ ਜਾ ਰਹੀ ਸੀ ਆਪਣੇ ਪਤੀ ਨੂੰ ਯਮਰਾਜ ਪਾਸੋਂ ਛੁਡਾਉਣ ਦੇ ਯਤਨ ਵਿੱਚ ਕਹਾਣੀ ਸੁਸ਼ਮਲੀ ਨਵੀਂ ਨਹੀਂ ਸੀ ਤੇ ਕਿਤਾਬ ਵਿੱਚਲੇ ਇਸ ਚਿੱਤਰ ਨੂੰ ਵੀ ਉਹਨੇਕਾਂ ਵਾਰ ਵੇਖ ਚੁੱਕੀ ਸੀ ਪਰ ਅੱਜ ਇਹ ਸਾਰਾ ਕੁਝ ਉਸ ਨੂੰ ਨਾ ਕੇਵਲ ਅਸਾਧਾਰਨ ਬਲਕਿ ਟੰਬਵਾਜਿਆ ਜਾਪ ਰਿਹਾ ਸੀ ਜਿਵੇਂ ਚਿੱਤਰਤ ਰੂਪ ਵਿੱਚ ਨਹੀਂ ਸामर्थਖ ਰੂਪ ਵਿੱਚ ਉਹ ਇਹ ਵੇਖ ਰਹੀ ਹੋਵੇ ਯਮ ਰਾਜ ਤੇ ਸਵਿਤਰੀ ਦਾ ਭੇੜ ਤੇ ਅੰਤ ਵਿੱਚ ਯਮ ਰਾਜ ਉਤੇ ਸਵਿਤਰੀ ਦੀ ਵਿਜੇ ਬੈਠਿਆਂ-ਬੈਠਿਆਂ ਸੁਸ਼ਮਾਇਨ ਜਮੰਜੇ ਤੋਂ ਉਛਲ ਪਈ ਜਿਵੇਂ ਕਿਸੇ ਸਪ੍ਰਿੰਗ ਨੇ ਉਹਨੂੰ ਉਛਾਲ ਦਿੱਤਾ ਹੋਵੇ ਕਿਤਾਬਾਂ ਉਵੇਂ ਹੀ ਮੰਜੇ ਤੇ ਖਿਲਰ ਰੀਆਂ ਪਈਆਂ ਸਨ ਉਹਦੀ ਸੱਸ ਪਹਿਲਾਂ ਵਾਂਗੀ ਉੱਚੀ ਉੱਚੀ ਘਰਾੜੇ ਮਾਰ ਰਹੀ ਸੀ ਪਰ ਬੱਚੀ ਨੇ ਹਿਲਣਾ ਬੰਦ ਕਰ ਦਿੱਤਾ ਸੀ ਸ਼ਾਇਦ ਸੌਂ ਗਈ ਸੀ ਜਿਹਨੂੰ ਤੱਕਦਿਆਂ ਸੁਸ਼ਮਾ ਦੇ ਮਾਤਰੀ ਮੋਹ ਨੇ ਉਹਨੂੰ ਮੁਰ ਪੰਜੇ ਵੱਲ ਖਿੱਚ ਲਿਆਂਦਾ ਵਿਚਾਰੀ ਭੁੱਖੀ ਸੌਂ ਗਈ ਦਾ ਖਿਆਲ ਕਰਕੇ ਕਿਤਾਬਾਂ ਦਾ ਖਿਲਾਰਾ ਸਮੇਟ ਕੇ ਉਸ ਨਾਲ ਲੇਟ ਗਈ ਦੁੱਧ ਚੰਗਾਉਣ ਲੱਗੀ ਇਸ ਕੰਮੋਂ ਵਿਹਲੀ ਹੋ ਕੇ ਮੁਰ ਉੱਠੀ ਸੱਸ ਵੱਲ ਝਾਕਦੀ ਹੋਈ ਤੇ ਪਾਈ ਕੋਲ ਜਾ ਪਹੁੰਚੀ ਫਿਰ ਉਹਨੇ ਲਿਖਣਾ ਸ਼ੁਰੂ ਕੀਤਾ ਮੇਰੇ ਪੂਜਨੀਕ ਪਾਈਆ ਜੀ ਤੇ ਭਾਬੀ ਜੀ ਕੀ ਮਾਂ ਮੰਗਦੀਆਂ ਇਸ ਵੇਲੇ ਤੁਹਾਡੇ ਹੁਕਮਾਂ ਦੀ ਮੈਥੋਂ ਲੰਘਣਾ ਹੋਣ ਲੱਗੀ ਹੈ ਮੈਂ ਜਾ ਰਹੀਆਂ ਭਗਵਾਨ ਕਰੇ ਉਹਨਾਂ ਨੂੰ ਨਾਲ ਲੈ ਕੇ ਮੁੜਾਂ ਮੁੰਨੀ ਬਾਬਤ ਤੁਹਾਨੂੰ ਬਹੁਤੀ ਕਠਿਨਾਈ ਨਹੀਂ ਹੋਏਗੀ ਉਪਰਾ ਦੁੱਧ ਮੈਂ ਇਹਨੂੰ ਕਿਸੇ ਕਿਸੇ ਵੇਲੇ ਦਿੰਦੀ ਰਹਿਣੀ ਅੰਗੇਜ ਜਾਏਗੀ ਇੰਨੀ ਬੇਨਤੀ ਜ਼ਰੂਰ ਮੰਨੋਗੇ ਕਿ ਮੇਰਾ ਪਿੱਛਾ ਕੋਈ ਨਾ ਕਰੇ ਦਲਹੌਜ਼ੀ ਪਹੁੰਚਦੇ ਹੀ ਸਾਰਾ ਸਮਾਚਾਰ ਲਿਖ ਭੇਜਾਂਗੀ ਤੁਸਾਂ ਦੀ ਪੁੱਤਰੀ ਸੁਸ਼ਮਾ ਲਿਖੇ ਹੋਏ ਕਾਗਜ਼ ਨੂੰ ਨੇ ਤਪਾਈ ਤੇ ਰੱਖ ਦਿੱਤਾ ਇਸ ਕਮੋਂ ਵਹਿਣਿਆ ਹੋਗੀ ਉਨੇ ਗਰਮ ਕਮੀਜ਼ ਸਲਵਾਰ ਪਹਿਨੀ ਕਸ਼ਮੀਰੀ ਸ਼ਾਲ ਓੜ ਲਈ ਇਹ ਤੋਂ ਛੋਟੇ ਕੰਬਲ ਤਹਿ ਕਰਕੇ ਉਨੇ ਕੱਛੇ ਮਾਰਿਆ ਤੇ ਫਿਰ ਆਪਣੇ ਟ੍ਰੰਕ ਚੋਂ ਕੁਝ ਡੰਗਦੀ ਕੱਢ ਕੇ ਸੰਭਾਲੀ ਬਾਹਰ ਨਿਕਲਣ ਤੋਂ ਪਹਿਲਾਂ ਉਨੇ ਸੁੱਤੀ ਹੋਈ ਮੁੰਨੇ ਦਾ ਮੂੰਹ ਮੱਥਾ ਚੁੰਮਿਆ ਤੇ ਫਿਰ ਪੋਲੇ ਕਦਮੀ ਬੂਹੇ ਵੱਲ ਵੱਤ ਗਈ ਧੰਨਵਾਦ